ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਆਲ ਟਾਈਮ ਲਰਨਰ ਉੱਪਰ। ਅਸੀਂ ਕਹਾਣੀਕਾਰਾਂ ਦੇ ਬਾਰੇ ਪੜ੍ਹ ਰਹੇ ਸੀ। ਇਸ ਤੋਂ ਪਹਿਲਾਂ ਕਹਾਣੀਕਾਰ ਨਵਤੇਜ ਸਿੰਘ ਪ੍ਰੀਤਲੜੀ ਜੀ ਦੇ ਬਾਰੇ ਆਪਾਂ ਪੜ੍ਹਿਆ ਸੀ। ਨਵਤੇਜ ਸਿੰਘ ਪ੍ਰੀਤਲੜੀ ਜੀ ਗੁਰਬਖਸ਼ ਸਿੰਘ ਪ੍ਰੀਤਲੜੀ ਜੀ ਦੇ ਪੁੱਤਰ ਸਨ। ਸੋ ਪੰਜਾਬੀ ਕਹਾਣੀ ਦੇ ਇਤਿਹਾਸ ਦੇ ਵਿੱਚ ਪਿਓ ਅਤੇ ਪੁੱਤਰ ਕਹਾਣੀਕਾਰ ਹੋਣ ਦਾ ਮਾਣ ਆ ਜਿਹੜਾ ਨਵਤੇਜ ਸਿੰਘ ਪ੍ਰੀਤਲੜੀ ਅਤੇ ਗੁਰਬਖਸ਼ ਸਿੰਘ ਪ੍ਰੀਤਲੜੀ ਜੀ ਨੂੰ ਜਾਂਦਾ। ਅਤੇ ਜੇਕਰ ਉਹਨਾਂ ਦੀ ਜ਼ਿੰਦਗੀ ਦੇ ਉੱਪਰ ਝਾਤ ਮਾਰੀਏ ਤਾਂ ਉਹਨਾਂ ਦਾ ਜਨਮ ਆ ਜਿਹੜਾ 26 ਅਪ੍ਰੈਲ 1895 ਦੇ ਵਿੱਚ ਸਿਆਲਕੋਟ ਵਿਖੇ ਹੁੰਦਾ ਗਾ। ਅਤੇ ਉਹਨਾਂ ਦੇ ਪਿਤਾ ਦਾ ਨਾਮ ਪਾਸ਼ੋਰਾ ਸਿੰਘ ਅਤੇ ਮਾਤਾ ਦਾ ਨਾਮ ਮਿਲਨੀ ਕੌਰ ਸੀ। ਉਹ 7 ਸਾਲ ਦੇ ਹੀ ਸਨ ਕਿ ਉਹਨਾਂ ਦਾ ਪਿਤਾ ਦਾ ਦੇਹਾਂਤ ਹੋ ਜਾਂਦਾ ਗਾ ਅਤੇ ਉਹ ਸਿਆਲਕੋਟ ਤੋਂ 10ਵੀਂ ਪਾਸ ਕਰਦੇ ਨੇ ਅਤੇ ਫਿਰ FC ਕਾਲਜ ਲਾਹੌਰ ਤੋਂ ਉਚੇਰੀ ਸਿੱਖਿਆ ਲਈ ਦਾਖਲ ਹੁੰਦੇ ਨੇ। ਪਰ ਆਰਥਿਕ ਤੰਗੀਆਂ ਦੇ ਕਾਰਨ ਇੱਕ ਪਿਤਾ ਦਾ ਸਿਰ 'ਤੇ ਸਾਇਆ ਨਾ ਹੋਣ ਕਾਰਨ ਉਹਨਾਂ ਨੂੰ ਕਾਲਜ ਛੱਡਣਾ ਪੈਂਦਾ ਅਤੇ 15 ਰੁਪਏ ਮਹੀਨੇ 'ਤੇ ਕਲਰਕ ਦੀ ਨੌਕਰੀ ਕਰਨੀ ਪੈਂਦੀ ਹੈ। ਪਰ ਫਿਰ ਥੋੜ੍ਹੇ ਸਮੇਂ ਬਾਅਦ ਥਾਪਸਨ ਸਿਵਲ ਇੰਜੀਨੀਅਰਿੰਗ ਕਾਲਜ ਰੁੜਕੀ, ਜਿਸਦਾ ਕਿ ਇੰਜੀਨੀਅਰਿੰਗ ਦੇ ਖੇਤਰ ਦੇ ਵਿੱਚ ਬਹੁਤ ਵੱਡਾ ਸਥਾਨ ਦੇ ਵਿੱਚ ਦਾਖਲਾ ਮਿਲ ਜਾਂਦਾ। ਉਹਨਾਂ ਸਮਿਆਂ ਦੇ ਵਿੱਚ ਦਾਖਲਾ ਮਿਲਣਾ ਅਤੇ ਪੜ੍ਹਾਈ ਕਰਨਾ ਬਹੁਤ ਵੱਡੀ ਗੱਲ ਸੀ। ਇੱਥੋਂ 1913 ਦੇ ਵਿੱਚ ਉਹ ਸਿਵਲ ਇੰਜੀਨੀਅਰਿੰਗ ਦਾ ਡਿਪਲੋਮਾ ਪ੍ਰਾਪਤ ਕਰਦੇ ਨੇ। ਫਿਰ ਫੌਜ ਦੇ ਵਿੱਚ ਭਰਤੀ ਹੋ ਕੇ ਇਰਾਨ ਅਤੇ ਇਰਾਕ ਚਲੇ ਗਏ ਅਤੇ ਉੱਥੇ ਉਹਨਾਂ ਦੀ ਮੁਲਾਕਾਤ ਆ ਜਿਹੜੀ ਈਸਾਈ ਮਿਸ਼ਨਰੀ, ਜਿਹੜੇ ਈਸਾਈ ਮਿਸ਼ਨਰੀ ਸੀ ਰੈਵਰੈਡ ਮਿਸਟਰ ਸਟੈਂਡ ਦੇ ਨਾਲ ਹੋਈ ਅਤੇ ਉਸਦੀ ਸਲਾਹ ਦੇ ਨਾਲ ਅਮੈਰੀਕਾ ਦੀ ਮਿਸੀਗਨ ਯੂਨੀਵਰਸਿਟੀ ਦੇ ਵਿੱਚੋਂ ਇੰਜੀਨੀਅਰਿੰਗ ਦੀ ਉਚੇਰੀ ਸਿੱਖਿਆ ਦੀ ਦਾਖਲਾ ਲੈ ਲੈਂਦੇ ਨੇ ਅਤੇ 1922 ਦੇ ਵਿੱਚ ਉੱਥੋਂ BSc ਇੰਜੀਨੀਅਰਿੰਗ ਦੀ ਡਿਗਰੀ ਪ੍ਰਾਪਤ ਕਰਦੇ ਨੇ। ਪਹਿਲਾਂ ਰੁੜਕੀ ਤੋਂ ਡਿਪਲੋਮਾ ਕਰਦੇ ਨੇ ਅਤੇ ਫਿਰ BSc ਕਰਦੇ ਨੇ ਮਿਸੀਗਨ ਯੂਨੀਵਰਸਿਟੀ ਤੋਂ। ਜਦੋਂ ਦੇਸ਼ ਵਾਪਸ ਆਏ ਤਾਂ ਕਾਫ਼ੀ ਭੱਜ ਦੌੜ ਦੇ ਬਾਅਦ ਉਹਨਾਂ ਨੂੰ ਰੇਲਵੇ ਦੇ ਵਿੱਚ ਨੌਕਰੀ ਪ੍ਰਾਪਤ ਹੋ ਜਾਂਦੀ ਹੈਗੀ। ਇਹ ਕਹਾਣੀਕਾਰ ਤੌਰ 'ਤੇ ਇੱਕ ਸਾਹਿਤਕਾਰ ਦੇ ਤੌਰ 'ਤੇ ਉਹ ਪੰਜਾਬੀ ਦੇ ਵਿੱਚ ਇੱਕ ਨਵਾਂ ਸਿਧਾਂਤ ਲੈ ਕੇ ਆਉਂਦੇ ਨੇ, ਪਿਆਰ ਕਬਜ਼ਾ ਨਹੀਂ ਪਹਿਚਾਣ ਹੈ। ਪਿਆਰ ਕਬਜ਼ਾ ਨਹੀਂ ਪਛਾਣ ਹੈ ਦਾ ਸਿਧਾਂਤ ਲਿਆਉਂਦੇ ਨੇ ਅਤੇ ਆਪਣੀਆਂ ਜਿਹੜੀਆਂ ਸਾਰੀਆਂ ਰਚਨਾਵਾਂ ਨੇ ਇਸੇ ਸਿਧਾਂਤ ਦੇ ਉੱਪਰ ਢਾਲਦੇ ਨੇ। ਅਤੇ ਪਲੈਟੋ ਦੇ ਅਫਲਾਤੂਨੀ ਪਿਆਰ ਦੀ ਤਰਜ 'ਤੇ ਗੁਰਬਖਸ਼ ਸਿੰਘ ਨੇ ਪਿਆਰ ਨੂੰ ਕਬਜ਼ੇ ਦੀ ਭਾਵਨਾ ਨਾਲ ਬੇਮੇਲ ਦੱਸ ਕੇ ਸਹਿਜ ਪਿਆਰ ਦੀ ਧਾਰਨਾ ਦੀ ਵਿਆਖਿਆ ਕੀਤੀ। ਉਹਨਾਂ ਦੇ ਅਨੁਸਾਰ ਜਿਹੜਾ ਪਿਆਰ ਹੈ ਇਹ ਕੋਈ ਕਬਜ਼ੇ ਵਾਲਾ ਚੀਜ਼ ਨਹੀਂ ਹੈਗੀ, ਬਲਕਿ ਇੱਕ ਪਛਾਣ ਹੈਗੀ। ਪ੍ਰੀਤਲੜੀ ਵਿੱਚ ਛਪਦੇ ਉਹਨਾਂ ਦੇ ਸੰਪਾਦਕੀ ਲੇਖ ਪ੍ਰੀਤ ਝਰੋਖੇ ਵਿੱਚ ਵਰਗੇ ਕਾਲਮਾਂ ਦੀ ਚਰਚਾ ਪੰਜਾਬੀ ਪਾਠਕਾਂ ਦੇ ਵਿੱਚ ਆਮ ਹੁੰਦੀ ਸੀ। ਅਤੇ 1932 ਵਿੱਚ ਇਸ ਨੌਕਰੀ ਤੋਂ ਮੁਕਤ ਹੋ ਕੇ ਉਹ ਨੌਸ਼ਹਿਰੇ ਦੇ ਸਥਾਨ 'ਤੇ ਜ਼ਮੀਨ ਲੈ ਕੇ ਆਧੁਨਿਕ ਵਿਗਿਆਨਿਕ ਢੰਗ ਨਾਲ ਖੇਤੀ ਕਰਨੀ ਸ਼ੁਰੂ ਕਰ ਦਿੰਦੇ ਨੇ ਅਤੇ ਉਹਨਾਂ ਆਦਰਸ਼ਕ ਸਮਾਜ ਦੀ ਉਸਾਰੀ ਲੋਕਾਂ ਵਿੱਚ ਉਤਸ਼ਾਹ ਪੈਦਾ ਕਰਨ ਲਈ ਇੱਕ ਮਾਸਿਕ ਰਸਾਲੇ ਪ੍ਰੀਤਲੜੀ ਦੀ ਪ੍ਰਕਾਸ਼ਨਾ ਜਿਹੜੀ 1933 ਦੇ ਸਤੰਬਰ ਮਹੀਨੇ 'ਚ ਕਰਦੇ ਨੇ। ਇਹ ਵੀ ਯਾਦ ਰੱਖਣ ਯੋਗ ਹੈ, ਪ੍ਰੀਤਲੜੀ ਸਥਾਪਨਾ 1933 ਦੇ ਸਤੰਬਰ ਮਹੀਨੇ ਦੇ ਵਿੱਚ। ਪ੍ਰੀਤਲੜੀ ਪੰਜਾਬੀ ਪੱਤਰਕਾਰੀ ਦੇ ਖੇਤਰ ਵਿੱਚ ਇੱਕ ਮਾਰਕਾ ਸੀ ਅਤੇ ਇਹ ਮਾਸਿਕ ਪੱਤਰ ਪਾਠਕਾਂ ਵਿੱਚ ਬਹੁਤ ਹਰਮਨ ਪਿਆਰਾ ਸੀ ਅਤੇ ਕਿਸੇ ਵੀ ਸਾਹਿਤਕਾਰ ਦੇ ਲਈ ਇਸ ਰਸਾਲੇ ਦੇ ਵਿੱਚ ਆਪਣਾ ਇੱਕ ਮਾਣ ਵਾਲੀ ਗੱਲ ਹੁੰਦੀ ਸੀ। ਸੰਨ 1936 ਦੇ ਵਿੱਚ ਆਪ ਮਾਡਲ ਟਾਊਨ ਲਾਹੌਰ ਆ ਵਸੇ ਅਤੇ 2 ਸਾਲ ਬਾਅਦ 1938 ਦੇ ਵਿੱਚ ਇਹਨੇ ਲਾਹੌਰ ਤੋਂ ਅੰਮ੍ਰਿਤਸਰ ਦੇ ਵਿਚਕਾਰ ਇੱਕ 15 ਏਕੜ ਜ਼ਮੀਨ ਲੈ ਲੈਂਦੇ ਨੇ ਅਤੇ ਇਸੇ ਜ਼ਮੀਨ ਦੇ ਉੱਪਰ ਇੱਕ ਪ੍ਰੀਤਨਗਰ ਦੀ ਸਥਾਪਨਾ ਕਰਦੇ ਨੇ ਅਤੇ 1947 ਦੇ ਵਿੱਚ ਦੇਸ਼ ਵੰਡ ਸਮੇਂ ਪ੍ਰੀਤਨਗਰ ਉੱਜੜ ਗਿਆ ਅਤੇ ਆਪ ਦਿੱਲੀ ਚਲੇ ਗਏ ਅਤੇ ਪਰ ਉੱਥੇ ਉਹਨਾਂ ਦਾ ਦਿਲ ਨਾ ਲੱਗਾ। ਉਹ ਮੁੜ 1950 ਵਿੱਚ ਪ੍ਰੀਤਨਗਰ ਆ ਕੇ ਉੱਥੋਂ ਦੀ ਪੁਨਰ ਸਥਾਪਨਾ ਵਿੱਚ ਜੁੜ ਗਏ ਅਤੇ ਆਖਰੀ ਦਮ ਤੱਕ ਇੱਥੇ ਰਹੇ। ਇੱਥੋਂ ਹੀ 1940 ਵਿੱਚ ਬਾਲ ਸੰਦੇਸ਼ ਨਾਂ ਦਾ ਇੱਕ ਮਾਸਿਕ ਪੱਤਰ ਉਹਨਾਂ ਨੇ ਸ਼ੁਰੂ ਕਰਦੇ ਨੇ 1940 ਦੇ ਵਿੱਚ। ਗੁਰਬਖਸ਼ ਸਿੰਘ ਦੀਆਂ ਕਹਾਣੀਆਂ ਉਸਦੇ ਜਿਹੜਾ ਪ੍ਰੀਤ ਸੰਕਲਪ ਪਿਆਰ ਕਬਜ਼ਾ ਨਹੀਂ ਪਹਿਚਾਣ ਦੀ ਤਰਜਮਾਨੀ ਕਰਦੀਆਂ ਨੇ। ਉਸਦੀਆਂ ਕਹਾਣੀਆਂ ਦੇ ਵਿੱਚ ਮਨੋਵਿਗਿਆਨਿਕ ਚਿਤਰਨ ਵੀ ਦੇਖਿਆ ਜਾ ਸਕਦਾ ਗਾ। ਵਿਸ਼ੇ ਦੇ ਪੱਖੇ ਤੋਂ ਗੱਲ ਕਰੀਏ ਤਾਂ ਗੁਰਬਖਸ਼ ਸਿੰਘ ਦੀਆਂ ਕਹਾਣੀਆਂ ਵਿੱਚ ਬਹੁਤ ਮਨ ਸੰਬੰਧਤਾ ਗਈ। ਉਸਨੇ ਪਿਆਰ ਦੀ ਸਰਵ ਵਿਆਪੀ ਮਨੁੱਖੀ ਤਾਂਘ ਅਤੇ ਇਸਦੇ ਰਾਹ ਵਿੱਚ ਆਉਣ ਵਾਲੀਆਂ ਰੋਕਾਂ ਨੂੰ ਜੀਵਨ ਦਾ ਯਥਾਰਥਕ ਰੰਗ ਚਾੜ ਕੇ ਪੇਸ਼ ਕੀਤਾ ਹੈ। ਕੁਝ ਕਹਾਣੀਆਂ ਵਿੱਚ ਆਰਥਿਕ ਨਾਮ ਬਰਾਬਰੀ ਨੂੰ ਇੱਕ ਸਮੱਸਿਆ ਦੇ ਰੂਪ ਵਿੱਚ ਪੇਸ਼ ਕੀਤਾ ਗਿਆ ਹੈ। ਤੇ ਆਦਰਸ਼ਵਾਦੀ ਭਾਵ ਬੋਧ, ਇੱਛਤ ਯਥਾਰਥ ਦੀ ਸਿਰਜਣਾ, ਮੱਧ ਸ਼੍ਰੇਣੀ ਕਚਾਰ ਸਹਾਇਤਾ ਵਿੱਚ ਬੱਝੇ ਪਾਤਰ ਗੁਰਬਖਸ਼ ਸਿੰਘ ਦੀ ਕਲਾ ਨੂੰ
लोक उजागर करने वाले प्रमुख लक्षण हैं। कहानी संग्रह की गल करिए तो नागप्रीत का जादू 1940 के प्रकाशित होता, अनोखे ते कले 1940 के, आसमानी महानदी 1940 के, बीना विनोद 1942 के, प्रीतां दी पहरेदार 1946 के, प्रीत कहानियां 1950 के, शबनम 1955 के, भाभी मैना 1956 के, इश्क जिन्हां दे हड्डी रचिया 1959 के, जिंदगी वारस है 1960 के, एक रंग सहकदा दिल 1970 के प्रकाशित होंदे ने कहानी संग्रह। इस तो बिना स्वै जीवनी ते यादां दी गल करिए तो मेरियां भुल यादां 1959 के, मंजल दिस पई 1964 के, मेरी जीवन कहानी ते चिट्ठियां जीतां दे नां, ते उस तो बाद नावलां दे विच दो नावल भी लिखदे ने, अणव्याही मां ते रुखां दी जयरात। ते जेकर उन्हां दीआं कहानियां कहानी संग्रह च शामिल कहानियां दी गल करिए, सब तो पहला भाभी मैना कहानी संग्रह दे विच शामिल कहानियां देखदे हां कि कहानियां शामिल ने इस कहानी संग्रह दे विच। सब तो पहला कहानी आउंदी जी भाभी मैना, रामोला, दात्री ते दीपो, सुनी दुनिया, सवात नहीं सुनहरी बूंद, राय चंद रायजादा, विधि चंद, भुखी स्नेह, तड़पदियां तारा, नीरू दी नारदा, परमेश्वरी दा ब्याह, मेरा निसफल प्यार, पौता पांधी, दो यादगारी, अंशु आशु, उन्हां दी कहानियां ने। इस तो बिना अनोखे ते कले कहानी संग्रह च शामिल कहानियां दी जिक्र नज़र मारीए तां इस दे विच प्रेम पंगूरा, चट्टान वर्गा आचार, मानस ते देवता, स्त्री बणतर, साबर ग्रिसल दा, एक साबर उड़ीकवान, मेरे सुपनिया दी मलका, नाथ कहना, चंडीदास, जेन एयर, देस बंधु, लैला मजनू, अनोखे ते कले, प्यार कब्जा नहीं पहचान कहानियां ने जड़ियां। प्यार कब्जा नहीं पहचान दे इन्हां दी सिद्धांत दे उपर इन्हां दी पछाण भी बनती हैगी। ये जिहड़ा कहानियां ने अनोखे ते कले कहानी संग्रह च शामिल ने। अगे कहानी संग्रह आउंदे शबनम कहानी संग्रह। सबनम कहानी संग्रह दे विच शबनम, केरू दस नंबरिया, पूज माता, सती माता, गदा, अंजू गाड़ू ते दारा कहानियां इस कहानी संग्रह च शामिल ने। अगला कहानी संग्रह आउंदा जी रंग सहकदा दिल ते होर कहानियां। इस कहानी संग्रह च एक रंग सहकदा दिल, जंगल दी मनुखता, जोड़ा जी, शिवानी, मनुखता दी दुध ना भरी एक, प्यार नहीं प्रवानगी, भूआ बरकते, आकी वाला सरदार, दोहत दिलदार, ये कहानियां इस रंग सहकदा दिल कहानी संग्रह च शामिल ने। ते इस तो बिना इस कहानी संग्रह च गजनी, गजादर, सूमा ते सुनील, गुलबदन, कैथरीन, रूपकला, रागनी ते उहदा कहानियां शामिल ने। अगला कहानी संग्रह जो बीना, विनोद ते होर कहानियां। इस कहानी संग्रह च बीना विनोद, अनोखा नास्तिक, एवें दिलों उठियां सोचा, ब्याह धन जा प्यार लई, समुंदर दे कामे, भुखी आत्मा, प्रीख्या, प्यार तराटना, ये कहानियां इस कहानी संग्रह च शामिल ने। सो ये सी गुरबख्श सिंह प्रीतलड़ी जी का जीवन ते उन्हां दीआं कहानियां दे बारे, रचनावां दे बारे संखेप च जानकारी। जेकर इस तों पहलां तुसीं होर साडियां वीडियो नहीं देखियां, जिवें नावलां दे बारे, कहां आधुनिक पंजाबी काव्य के बारे, गुरमत काव्य के बारे, सूफी काव्य के बारे असी वीडियो अपलोड कर चुके हैं। जेकर अजे तक तुसीं वीडियो नहीं देखी वो भी जाके जरूर देखियो। तो जेकर ये जानकारी तुहानूं चंगी लगी है लाइक ते कमेंट करके दस्यो, ते साडियां आने वाली वीडियो देखने दे लई। जेकर तुसीं चैनल ते नवे हो जां अजे चैनल सबसक्राइब नहीं किया तो चैनल भी सबसक्राइब करो, नाल ही बैल दा आइकॉन भी प्रेस कर दिओ ताकि तुहानूं समय सिर पता लग सके। शुक्रिया जी। Yeah.